ਜਲੰਧਰ ਦੀ ਸ਼ਾਸਤਰੀ ਮਾਰਕੀਟ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਜਲੰਧਰ ਪੁਲਿਸ ਨੇ ਮੁੱਖ ਆਰੋਪੀ ਗੋਪੀ ਬਾਜਵਾ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਉਸ ਕੋਲੋਂ ਇੱਕ ਪਿਸਟਲ ਅਤੇ 3 ਰਾਊਂਡ ਵੀ ਬਰਾਮਦ ਕੀਤੇ। ਫਿਲਹਾਲ ਪੁਲਿਸ ਉਸ ਦੇ ਬਾਕੀ ਸਾਥੀਆਂ ਦੀ ਤਲਾਸ਼ ਕਰ ਰਹੀ ਹੈ। ਬਿਰੋ ਫਿਰ ਅਚਾਨਕ ਨਿਊਜ਼ ਜਲੰਧਰ। 5 ਫਰਵਰੀ ਨੂੰ ਸ਼ਾਮ ਨੂੰ ਤਕਰੀਬਨ 6:45 ਦੇ ਕਰੀਬ ਸੇਰਾ ਜਿਹੜੇ ਐਗਰੀਕਲਚਰ ਇੰਪਲੀਮੈਂਟਸ ਬਣਾਉਂਦੇ ਆ ਸ਼ਾਸਤਰੀ ਮਾਰਕੀਟ ਦੇ ਨੇੜੇ, ਉੱਥੇ ਦੋ ਭਰਾ ਦਵਿੰਦਰ ਜੀ ਅਤੇ ਕਮਲਪ੍ਰੀਤ ਉਹ ਹਾਜ਼ਰ ਸੀ। ਉਹਨਾਂ ਨਾਲ ਇੱਕ ਉਹਨਾਂ ਦਾ ਹੋਰ ਸਾਥੀ ਹਾਜ਼ਰ ਸੀਗਾ। ਉਦੋਂ ਉਹਨਾਂ 'ਤੇ ਕੁਛ ਬੰਦਿਆਂ ਨੇ ਆ ਕੇ ਹਮਲਾ ਕੀਤਾ, ਜਿਨ੍ਹਾਂ ਕੋਲ ਵੈਪਨ ਵੀ ਸੀ ਅਤੇ ਸ਼ਾਰਪੈਡ ਵੈਪਨ ਸੀ ਜਿਵੇਂ ਟਕੂਏ ਵਗੈਰਾ ਦਾਤ। ਸੋ ਉੱਥੇ ਸਕਫਲ ਹੋਈ ਸੀ ਅਤੇ ਉਸ ਤੋਂ ਬਾਅਦ ਇਹ ਜਿਹੜਾ ਦਵਿੰਦਰ ਹੋਣਾ ਦੀ ਡੈਥ ਹੋ ਗਈ ਸੀਗੀ ਵਿੱਚ ਅਨਫੋਰਚੁਨੇਟਲੀ, ਔਰ ਕਮਲਪ੍ਰੀਤ ਹੋਣੀ ਇੰਜਰਡ ਹੋਏ ਸੀਗੇ। ਉਹਨਾਂ ਦੇ ਬਿਆਨ 'ਤੇ FIR ਅਸੀਂ ਦਰਜ ਕਰਕੇ ਇਮੀਡੀਏਟਲੀ ਸਪੈਸ਼ਲ ਟੀਮਾਂ ਬਣਾਈਆਂ ਗਈਆਂ, ਔਰ ਵਿਦਇਨ 24 ਘੰਟੇ ਦੇ ਵਿੱਚ ਅਸੀਂ ਜਿਹੜਾ ਮੇਨ ਮੁਲਜ਼ਮ ਹੈ ਗੁਰਪ੍ਰੀਤ ਏਲੀਅਸ ਗੋਪੀ ਉਹਨੂੰ ਵਿਦ ਵੈਪਨ ਜਿਹੜਾ ਕਿ ਮੇਨ ਵੈਪਨ ਆਫ ਓਫੈਂਸੀ ਜਿਹਦੇ ਨਾਲ ਕਿ ਮਰਡਰ ਹੋਇਆ ਅਤੇ ਅਟੈਂਪਟ ਟੂ ਮਰਡਰ ਹੋਇਆ ਉਹ ਬਰਾਮਦ ਕਰ ਲਿਆ ਅਲੋਂਗ ਵਿਦ ਕਾਟਰੇਜਿਸ। ਇਹਦੇ 'ਚ ਜੋ FIR ਪਹਿਲਾਂ ਲਿਖਾਈ ਗਈ ਸੀ ਉਹ 'ਚ 11 ਮੁਲਜ਼ਮ ਲਿਖਾਏ ਗਏ ਉਹਨਾਂ ਨੇ ਉਹਨਾਂ ਵੱਲੋਂ, ਅਤੇ ਨਾਲ 9 ਬਾਈ ਨੇਮ ਨੇ, 2 ਅਨਆਈਡੈਂਟੀਫਾਈਡ ਨੇ। ਉਹ ਸਾਰੇ ਜਿਹੜੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ, ਔਰ ਇਹਦੀ ਹੁਣ ਜਿਹੜਾ ਮੇਨ ਮੁਲਜ਼ਮ ਹੈ ਇਹਨੂੰ ਇਮੀਡੀਏਟਲੀ ਅਸੀਂ ਪ੍ਰੋਡਿਊਸ ਕਰਕੇ ਇਹਦਾ ਲੰਬਾ ਰਿਮਾਂਡ ਲਵਾਂਗੇ, ਔਰ ਬਾਕੀ ਮੁਲਜ਼ਮਾਂ ਨੂੰ ਵੀ ਫੰਡ ਵਾਸਤੇ ਅਲੱਗ ਅਲੱਗ ਪੁਲਿਸ ਪਾਰਟੀਆਂ ਆਲਰੇਡੀ ਗਈਆਂ ਹੋਈਆਂ। ਵਜ੍ਹਾ ਰੰਜਿਸ਼ ਜੋ ਪਤਾ ਲੱਗੀ ਹੈ ਕਿ 2012 ਦੇ ਵਿੱਚ ਬਸਤੀ ਬਾਬਾ ਖੇਲ ਥਾਣੇ ਦੇ ਵਿੱਚ ਇੱਕ ਮੁਕੱਦਮਾ ਦਰਜ ਹੋਇਆ ਸੀਗਾ, ਉਸ ਕਰਕੇ ਜਿਹੜਾ ਗੁਰਪ੍ਰੀਤ ਗੋਪੀ ਨੂੰ ਰੰਜਿਸ਼ ਸੀ ਉਸ ਪਰਿਵਾਰ ਨਾਲ ਅਤੇ ਉਹਨਾਂ 2 ਨੌਜਵਾਨਾਂ ਨਾਲ, ਉਸ ਕਰਕੇ ਇਹ ਗੱਲ ਹੋਈ ਜੋ ਮੁੱਢਲੀ ਪਿੱਛਕਿਛ ਤੋਂ ਆਈ ਹੈ। ਬਾਕੀ ਡਿਟੇਲ ਅਸੀਂ ਸਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿੱਦਾਂ ਕਿ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ। ਇਸ ਤੋਂ ਇਲਾਵਾ ਇਹ ਗੱਲ ਪਤਾ ਲੱਗੀ ਜਿਹੜੇ ਵੈਪਨ ਹੈ ਇਹਦੇ ਨਾਲ ਦੇ ਸਾਥੀ ਗੋਲਡੀ ਨੇ ਪ੍ਰੋਕਿਓਰ ਕੀਤਾ ਸੀ ਯੂਪੀ ਤੋਂ, ਔਰ ਇਹ 2 ਹੀ ਵੈਪਨ ਲੈ ਕੇ ਉਸ ਦਿਨ ਉੱਥੇ ਗਏ ਸੀਗੇ, ਜਿਹਨਾਂ ਦੇ ਸਾਨੂੰ ਉੱਥੇ ਖੋਲ ਕਾਰ ਅਤੇ ਉਸ ਵੀ ਮੌਕੇ ਤੋਂ ਮਿਲ ਗਏ ਸੀ, ਜੋ ਕਿ ਫੋਰੈਂਸਿਕ ਦੀ ਜਾਂਚ ਵਾਸਤੇ ਇਹ ਸਾਰੀਆਂ ਚੀਜ਼ਾਂ ਹੁਣ ਭੇਜੀਆਂ ਜਾਣਗੀਆਂ, ਸੋ ਦੈਟ ਮੁਲਜ਼ਮ ਜਿਹੜੇ ਆ ਉਹ ਕਨੈਕਟ ਕੀਤੇ ਜਾ ਸਕਣ। ਕੁਛ ਜਿਹੜੇ ਵਿਅਕਤੀ FIR ਦੇ ਵਿੱਚ ਹੈ 3, ਉਹਨਾਂ ਨੂੰ ਅਸੀਂ ਆਲਰੇਡੀ ਸ਼ਾਮਲ ਤਫਤੀਸ਼ ਕੀਤਾ ਹੋਇਆ ਔਰ ਡੀਪਲੀ ਇਨਵੈਸਟੀਗੇਟ ਕੀਤਾ ਜਾ ਰਿਹਾ ਹਰੇਕ ਦਾ ਰੋਲ, ਚਾਹੇ ਉਹ ਕੌਨਸਪਰੇਸੀ ਦੇ ਵਿੱਚ ਹੈ ਚਾਹੇ ਉਹ ਅਸਲੀ ਐਕਸ਼ਨ ਦੇ ਵਿੱਚ ਹੈ। ਤੋ ਜਿਹੜੇ ਵੀ ਅਨਆਈਡੈਂਟੀਫਾਈਡ ਬੰਦੇ ਸਾਰੇ ਉਹ ਗੱਲਾਂ ਅਸੀਂ ਸਾਹਮਣੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿੱਦਾਂ ਕਿ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ। ਸੁਖਮੀਤ ਸਿੰਘ ਹੈ ਜੀ, ਇੱਕ ਪ੍ਰਵੀਨ ਚਿੱਦੀ ਹੈ, ਇੱਕ ਨੋਨੀ ਸ਼ਰਮਾ, 3 ਜਿਹੜੇ ਅਕਿਊਜ਼ ਨੇ FIR ਦੇ, ਉਹਨਾਂ ਨੂੰ ਆਲਰੇਡੀ ਪੁਲਿਸ ਕੁਐਸਚਨਿੰਗ ਕਰ ਰਹੀ ਹੈ ਡੀਪਲੀ, ਔਰ ਗੁਰਪ੍ਰੀਤ ਗੋਪੀ ਦਾ ਤਾਂ ਕਿਉਂਕਿ ਬਿਲਕੁਲ ਕਲੀਅਰ ਰੋਲ ਸੀਗਾ ਉਹ ਅਸੀਂ ਇਹਦੀ ਅਰੈਸਟ ਪਾ ਕੇ ਅਤੇ ਇਹਦੇ ਜਿਹੜੀ ਹੈ ਮੇਨ ਵੈਪਨ ਆਫ ਓਫੈਂਸ ਉਹਦੀ ਰਿਕਵਰੀ ਹੋ ਚੁੱਕੀ ਹੈ ਉੱਥੋਂ। ਦੇਖੋ ਉਹ FIR ਦੇ ਵਿੱਚ ਜਿਹੜਾ ਗੋਪੀ ਦੀ ਸਿਸਟਰ ਬਾਰੇ ਵੀ ਉਹਨਾਂ ਨੇ ਦੱਸਿਆ, ਔਰ ਅਸੀਂ ਉਹਦੀ ਉਹਨੂੰ ਆਲਰੇਡੀ ਜੁਆਇਨ ਇਨਵੈਸਟੀਗੇਸ਼ਨ ਕਰ ਚੁੱਕੀ ਹੈ। ADCP ਸਾਹਿਬ 1 ਨੇ ਬੜੀ ਡਿਟੇਲ 'ਚ ਉਹਦੀ ਪੁੱਛਗਿੱਛ ਚੱਲ ਰਹੀ ਹੈ। ਮੈਂ ਇੱਕ ਗੱਲ ਬੜੀ ਕਲੀਅਰ ਲਾਊਡ ਮੈਸੇਜ ਦੇਣਾ ਚਾਹੁੰਦਾ ਕਿ ਕਿਸੇ ਕੀਮਤ 'ਤੇ ਵੀ ਸ਼ਹਿਰ ਦਾ ਮਾਹੌਲ ਅਸੀਂ ਖਰਾਬ ਨਹੀਂ ਕਰਨ ਦੇਣਾ, ਔਰ ਜਿਹੜਾ ਬੰਦਾ ਇਹੋ ਜਿਹੀ ਗੱਲ ਕਰੂਗਾ ਤੁਹਾਡੇ ਸਾਹਮਣੇ ਹੈ ਕਿ 24 ਘੰਟੇ ਦੇ ਵਿੱਚ ਪੁਲਿਸ ਨੇ ਫੜ ਕੇ ਅੰਦਰ ਦੇ ਦਿੱਤਾ, ਔਰ ਕਿਸੇ ਦਾ ਵੀ ਕੋਈ ਮਾੜਾ ਮੋਟਾ ਵੀ ਜੋ ਰੋਲ ਹੈ ਉਹਨੂੰ ਸਪੇਅਰ ਨਹੀਂ ਕੀਤਾ ਜਾਊਗਾ, ਚਾਹੇ ਉਹਦਾ ਕੋਈ ਵੀ ਸਟੇਟਸ ਹੈ ਜਾਂ ਕੋਈ ਰੈਂਕ ਹੈ।
ਭਾਈ ਸਾਹਿਬ ਫਲੌਰ ਤੋਂ ਨੂਰਮਹਿਲ ਰੋਡ ਦੇ ਉੱਤੇ ਅਰੈਸਟ ਹੋਈ ਹੈ ਬੜੀ ਕਲੀਅਰਲੀ। ਮੈਂ ਤੁਹਾਨੂੰ ਇਹ ਗੱਲ ਔਨ ਰਿਕਾਰਡ ਦੱਸ ਚੁੱਕਿਆ। ਇਹ ਬਿਲਕੁਲ ਐਵੇਂ ਲੋਕ ਅਫਵਾਹ ਫੈਲਾ ਦਿੰਦੇ ਆ ਵੀ ਕਿਸੇ ਨੇ ਇਹੋ ਜਿਹੀ ਗੱਲ ਕੀਤੀ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ, ਪੁਲਿਸ ਦੇ ਐਫਰਟ ਸਦਕਾ ਹੀ, ਪ੍ਰੈਸ਼ਰ ਸਦਕਾ ਹੀ ਇਹ ਸਾਰਾ ਜਿਹੜਾ ਕੰਮ ਹੋਇਆ। ਦੇਖੋ ਹਮਲਾ ਕਰਨ ਦਾ ਇਹਨਾਂ ਦਾ ਟਾਰਗੇਟ ਸੀ ਜੋ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ, ਬਾਕੀ ਤਾਂ ਹੁਣ ਡਿਟੇਲ 'ਚ ਡੀਪਲੀ ਇਨਵੈਸਟੀਗੇਟ ਕਰਾਂਗੇ ਜਦੋਂ ਮੈਟਰ ਪਤਾ ਲੱਗੇਗਾ। ਦੋ ਹੀ ਵੈਪਨ ਸੀ ਅਤੇ ਬਾਕੀ ਇਹਨਾਂ ਕੋਲ ਦਾਤ ਸੀਗੇ, ਔਰ ਉਹ ਮੌਕੇ ਤੋਂ ਵੀ ਬਰਾਮਦ ਹੋਏ ਕੁਛ, ਅਤੇ ਉਹ ਜਿਹੜੀ ਹੈ ਦੋ ਵੈਪਨਸ ਬਾਰੇ ਕਲੀਅਰ ਹੋ ਗਿਆ, ਜਿਹ 'ਚੋਂ ਇੱਕ ਵੈਪਨ ਮੇਨ ਮੁਲਜ਼ਮ ਕੋਲ ਸੀ, ਦੂਸਰਾ ਵੀ ਅਸੀਂ ਜਲਦੀ ਬਰਾਮਦ ਕਰਾਂਗੇ। ਔਰ ਮੈਂ ਮਤਲਬ ਸਾਰਿਆਂ ਨੂੰ ਬੜਾ ਕਲੀਅਰ ਮੈਸੇਜ ਦੇਣਾ ਚਾਹੁੰਦਾ ਕਿ ਜਲਦੀ ਪੁਲਿਸ ਬਾਕੀ ਸਾਰੇ ਮੁਲਜ਼ਮਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਕਰੇਗੀ। ਅਜੇ ਕਲੀਅਰ ਤਾਂ ਨਹੀਂ ਪਤਾ, ਪਰ ਇਹ ਦੱਸ ਰਹੇ ਵੀ ਤਿੰਨ ਕਿ ਚਾਰ ਮੈਂ ਕੀਤੇ ਹੈ, ਤਿੰਨ ਚਾਰ ਦੂਸਰੇ ਲੜਕੇ ਨੇ ਕੀਤੇ ਹੈ। ਉਹ ਸਾਰੀ ਹੁਣ ਅਸੀਂ ਕਰੈਬਰੇਟ ਕਰਾਂਗੇ ਜੋ ਸਾਨੂੰ ਬਰਾਮਦਗੀ ਹੋਈ ਹੈ ਮੌਕੇ ਤੋਂ ਉਹਦੇ ਮੁਤਾਬਕ। ਹਾਂਜੀ, ਇਹ ਤਾਂ ਇਹਨਾਂ ਦੀ ਦੱਸਣ ਦੀ ਗੱਲ ਹੈ ਜੀ, ਉਹਨੂੰ ਕਰੈਬਰੇਸ਼ਨ ਆਪਾਂ ਜੋ ਰਿਕਵਰੀ ਹੈ ਉਹਦੇ ਮੁਤਾਬਕ ਕਰਾਂਗੇ। ਵਰਬਲ ਗੱਲ ਦਾ ਤਾਂ ਹੈ ਨਹੀਂ, ਇਹ ਤਾਂ ਐਵੀਡੈਂਸ ਉੱਥੋਂ ਮਿਲੀ ਹੈ ਮੌਕੇ ਤੋਂ, ਉਹੀ ਸਾਰੀ ਕੋਈ ਚੀਜ਼ ਦਾ ਖੁਲਾਸਾ ਕਰੇਗੀ। ਥੈਂਕ ਯੂ।